ਸਾਡੇ ਦੇਸ਼ ਦੇ ਸਿਸਟਮ ਵਿੱਚ ਆਏ ਦਿਨੀ ਨੇਤਾ ਅਧਿਕਾਰੀ ਤੇ ਅਫਸਰਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹਿੰਦੇ ਨੇ, ਪਰ ਹੁਣ ਇਹ ਦੋਸ਼ ਧਾਰਮਿਕ ਜਥੇਬੰਦੀਆਂ ਤੇ ਕਮੇਟੀਆਂ ਉੱਪਰ ਆਉਣੇ ਵੀ ਸ਼ੁਰੂ ਹੋ ਗਏ ਹਨ। ਬੀਤੇ ਦਿਨੀ ਚਰਚਾ ਦਾ ਵਿਸ਼ਾ ਬਣੀ ਸੀ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਦਫ਼ਤਰ ਵਿੱਚ ਚੈਕਿੰਗ ਦੀ ਕੀਤੀ ਗਈ ਮੰਗ ਤੇ ਉਹਨਾਂ ਦੁਆਰਾ ਮੌਜੂਦਾ ਕਮੇਟੀ ਦੇ ਕਾਰਜਕਾਲ ਵਿੱਚ 36 ਲੱਖ ਰੁਪਏ ਘੱਟ ਹੋਣ ਦਾ ਦਾਅਵਾ ਵੀ ਕੀਤਾ ਗਿਆ ਸੀ। ਪਰ ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਇਹਨਾਂ ਸਭ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਸ਼ਰਨਾ ਨੂੰ ਬੁੱਧਵਾਰ ਨੂੰ 10 ਵਜੇ ਦਾ ਸਮਾਂ ਦਿੱਤਾ ਗਿਆ ਸੀ ਕਿ ਉੱਥੇ ਆ ਕੇ ਕੈਸ਼ ਰਜਿਸਟਰ ਚੈੱਕ ਕਰ ਸਕਦੇ ਹਨ, ਪਰ 1 ਘੰਟੇ ਦੀ ਉਡੀਕ ਦੇ ਬਾਅਦ ਵੀ ਉੱਥੇ ਕੋਈ ਨਹੀਂ ਪਹੁੰਚਿਆ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਰਮਜੀਤ ਸਿੰਘ ਸਰਨਾ, ਜੋ ਕਿ ਆਪ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ, ਪੰਥਕ ਸੇਵਾ ਦਲ ਦੇ ਬੁਲਾਰੇ ਹਰਮਿੰਦਰ ਸਿੰਘ ਆਹਲੂਵਾਲੀਆ ਵੱਲੋਂ ਵੀ ਉਹਨਾਂ 'ਤੇ ਇਲਜ਼ਾਮਤ ਲਗਾਏ ਗਏ ਹਨ। ਉਹਨਾਂ ਕਿਹਾ ਕਿ ਸਰਨਾ ਦੇ ਕਾਰਜਕਾਲ ਸਮੇਂ ਵੀ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਐਸਟੀਡੀ ਬੂਥ ਯਮੁਨਾ ਪਾਰ ਦੇ ਮੈਂਬਰ ਦੇ ਪੁੱਤਰ ਨੂੰ ਵਿੱਤੀ ਸਹਾਇਤਾ ਦਿੱਤੀ ਸੀ ਅਤੇ ਉਹਨਾਂ ਮਨਜੀਤ ਸਿੰਘ ਜੀਕੇ ਨੂੰ ਵੀ ਇਸੇ ਲਪੇਟ ਵਿੱਚ ਲੈਂਦਿਆਂ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਵੀ ਐਕਟ 1971 ਦੀ ਉਲੰਘਣਾ ਹੋਈ ਸੀ, ਕਿਉਂਕਿ ਉਹਨਾਂ ਦੇ ਤਤਕਾਲੀ ਪ੍ਰਧਾਨ ਦੇ 30 ਪੁੱਤਰ ਨੂੰ ਹੁਣ ਤੱਕ 51 ਲੱਖ ਰੁਪਏ ਦੇਣ ਦੇ ਤੱਤ ਅਦਾਲਤ ਵਿੱਚ ਸਾਹਮਣੇ ਆ ਚੁੱਕੇ ਨੇ।